ਰਾਤੀ ਜਿਹੜਾ ਮੀਂਹ ਪਿਆ ਸਾਰਾ, ਇਹਦਾ ਕੋਈ ਨੁਕਸਾਨ ਹੈਗਾ ਕਣਕਾਂ ਨੂੰ? ਨੁਕਸਾਨ ਹੀ ਨੁਕਸਾਨ ਆ ਜੀ, ਸਾਰੀਆਂ ਦੇਖੋ ਕਣਕਾਂ ਪਈਆਂ ਹੀ, ਲੰਮੀਆਂ ਪਈਆਂ ਨੇ ਸਾਰੀਆਂ। ਅੱਛਾ ਜੀ, ਐਨ ਵਿਛਾਤੀਆਂ ਜੀ, ਇਹ ਤਾਂ ਜਮੇ ਲਾਤੀਆਂ ਧਰਤੀ ਨਾਲ, ਹੁਣ ਇਹਦੇ ਦਾਣਾ ਹੀ ਨਹੀਂ ਬਣਨਾ ਜੀ ਇਹ 'ਚ। ਅੱਛਾ, ਦਾਣਾ ਤਾਂ ਹੁਣ ਜਮੇ ਹੀ ਖਤਮ ਆ ਕੰਮ ਇਹਦਾ ਜੀ, ਹੁਣ ਆਹ ਦੇਖ ਤੁਹਾਡੇ ਸਾਹਮਣੇ ਆ ਸਾਰਾ ਕੁਛ, ਕਿਸੇ ਪਾਸੇ ਵੀ ਹੈ ਨਹੀਂ ਗਾ ਵੀ ਜਿਹੜਾ ਬਚਾ ਹੋਊਗਾ ਜੀ ਇਹਦਾ। ਅੱਛਾ ਜੀ, ਤਕਰੀਬਨ ਕਿੰਨੇ ਕੁ ਪਰਸੈਂਟ ਹੈਗੀ ਹੈ ਵੀ ਕਣਕ ਇਹ ਤਾਂ? ਇਹ ਤਾਂ ਜੀ ਹੁਣ ਜ਼ੀਰੇ ਆ, ਹੁਣ ਤਕਰੀਬਨ 99% ਆ, 100 ਦੀ ਆ, 99% ਦੀ ਆਪਾਂ ਕਮੀ ਪਈ ਆ। ਅੱਛਾ ਜੀ, 100 ਦੀ 100 ਦੀ ਆ, ਹੁਣ ਹੁਣ ਖੜ ਨਹੀਂ ਸਕਦੀ ਜੀ, ਹੁਣ ਨਹੀਂ ਖੜਨਾ ਜੀ, ਹੁਣ ਕਿੱਥੇ ਖੜਨੀ ਆ ਜੀ, ਅਤੇ ਇਹ ਤਾਂ ਹੁਣ ਜਮਾਂ ਹੀ ਉਹ ਸਿਰ ਭਰ ਆ ਗਿਆ ਇਹਦਾ ਮੱਲੀ ਦਾ, ਉਹਦੇ ਕਰਕੇ ਹੁਣ ਕਿੱਥੇ ਹੋਈ ਆ ਜੀ। ਪਹਿਲਾਂ ਸੀਗਾ ਜੀ ਹਲੇ ਫਰਵਰੀ ਦੇ ਵਿੱਚ ਜਿਹੜਾ ਸੀਗਾ ਉਦੋਂ ਹੋ ਸਕਦੀ ਸੀਗੀ, ਹੁਣ ਨਹੀਂ ਹੋਣੀ ਜੀ। ਹੁਣ ਤਾਂ ਅੱਜ ਇੱਥੇ ਕਣਕਾਂ ਦਾ ਬਹੁਤ ਨੁਕਸਾਨ ਹੋਇਆ, ਰਾਤ ਜਿਹੜਾ ਮੀਂਹ ਪਿਆ ਉਸ ਮੀਂਹ ਦੀ ਵਜ੍ਹਾ ਕਰਕੇ ਸਾਰੀਆਂ ਕਣਕਾਂ ਜਿਹੜੀਆਂ ਉਹ ਡਿੱਗ ਪਈਆਂ, ਕਿਉਂਕਿ ਪਹਿਲਾਂ ਜਿਹੜੀ ਗੜੇਮਾਰੀ ਹੋਈ ਸੀ 15-20% ਨੁਕਸਾਨ ਉਹਦੇ ਨਾਲ ਵੀ ਹੋਇਆ ਸੀ, ਅਤੇ ਅੱਜ ਜਿਹੜੇ ਹੈਗੇ ਇਹਦੇ ਨਾਲ 15-20% ਹੋਰ ਨੁਕਸਾਨ ਹੈ ਜਿਹੜਾ ਹੋ ਗਿਆ। ਆਹ ਤੁਸੀਂ ਦੇਖ ਹੀ ਰਹੇ ਹੋ ਮੇਰੇ ਪਿਛਲੇ ਪਾਸੇ ਕਣਕਾਂ ਕਿਵੇਂ ਡਿੱਗੀਆਂ ਪਈਆਂ, ਅਤੇ ਪਿੰਡ ਲੰਬੀ ਦੇ ਵਿੱਚ ਕਾਫੀ ਨੁਕਸਾਨ ਹੈ ਜਿਹੜਾ ਕਣਕਾਂ ਦਾ ਹੋਇਆ।